नौजवानों में विदेश जाने का क्रेज इन्ना ज़्यादा बढ़ गया है कि नौजवान अन्नेवाही विदेश जाने के सुपने नूं पूरा करने के लिए जगह जगह खोल के बैठे आईलट्स इमीग्रेशन सेंटर तो फाइलां लगवा जा फिर नकली दे सर्टिफिकेट बनवा रहे हैं, जिसके कारण कई सेंटर नकली सर्टिफिकेट बना के नौजवानों के भविख नाल खिलवाड़ भी कर रहे हैं। अजिहा एक मामला पटाला की चिट्टी ग्राउंड सामने मौजूद सक्सैस मांतरा ओवरसीज के सेंटर तो सामने आया, जो कि 10 मिनट में ही नकली सर्टिफिकेट बना के देंदे सन, जिस तों बाद शिकायत मिलने से पुलिस ने इस सेंटर में अचनचेत छापा मारिया तो कई सारे नकली सर्टिफिकेट और मोहर बरामद की गई। इस दौरान पुलिस वालों सेंटर के दो मुलाजमान भी काबू किया गया। उत्थे आईलट सेंटर अंदरों काबू किए मुलाजम मनदीप सिंह का कहना है कि वह इस सेंटर विच नौकरी करता है और वह तो सिर्फ अपना काम करते हैं, पर सेंटर विच किवें सर्टिफिकेट बन रहे हैं उस बारे उसनू कुछ नहीं पता है। ये सर बटाला दे विच चिट्टी ग्राउंड करके वजदा है जी, इत्थे ऑफिस है जी, अज उस ऑफिस दे विच मेरा कोई संस्था का ही मुंडा सर्टिफिकेट कोई बनवाउण वास्ते गया सीगा, इह कहिंदे सीगे ओरिजिनल बना के देवांगे, लेकिन इन्होंने की किया वा जो सर्टिफिकेट की फोटो कापी उन्होंने मैनू पाई आ, मैं चैक किया तो बिल्कुल फेक सीगा, ते उन्होंने 10 के 12 हज़ार रुपये को लिया, तो जो सर्टिफिकेट आ वो बिल्कुल ही फेक है, तो सिर्फ 15 मिनट के तैयार करके इस बच्चे दे दिता। यह खतरनाक है जी, हम देखो जी किन्ने बच्चे 300 के 400 अमरीका कनेडा तो वापस आ रहा सिर्फ इसी वजह करके ही, क्योंकि जो इन्होंने पेपर उत्थे चैक होंगे ने इन्हों पढ़ाई हूँ देखो जी 3-4-5 साल आप ला के एक डिग्री लेने, तो यह बंदा 10-12 हज़ार रुपये के 15 मिनट की डिग्री दे दिया, एक सरकार की कर रही है। असि यो चाहते हैं भी ये जे योजे दफ्तर आ बंद करवाए जान, तो नाल यह भी चाहते हैं भी जो सर्टिफिकेट है ज कोई भी आ ਇਹ ਪਹਿਲਾ ਥਾਣੇ ਦੇ ਵਿੱਚ ਚੈੱਕ ਹੋਵੇ ਤਾਂ ਉਸ ਤੋਂ ਬਾਅਦ ਗਾੜੀ ਬੱਚਿਆਂ ਨੂੰ ਦਿੱਤਾ ਜਾਵੇ। ਮੈਂ ਇੱਥੇ ਸਟੱਡੀ ਕਰਦਾ ਰਿਹਾ ਸਪੋਕਨ ਦੀਆਂ ਕਲਾਸਾਂ ਲੈਂਦਾ ਰਿਹਾ, ਮੈਨੂੰ ਇੱਥੋਂ ਪਤਾ ਲੱਗਾ ਸੀ ਵੀ ਇਹਨਾਂ ਜਾਲੀ ਫਰੋਡ ਕੰਮ ਕਰਦੇ ਆ, ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਨੇ ਆਉਣ ਵਾਲੀ ਜਨਰੇਸ਼ਨ ਦਾ, ਇਸ ਲਈ ਮੈਂ ਪੁਲਿਸ ਦੀ ਸਹਾਇਤਾ ਨਾਲ ਇਹਨਾਂ 'ਤੇ ਕਾਰਵਾਈ ਬਣਦੀ ਕੀਤੀ ਜਾਵੇ, ਕਿਉਂਕਿ ਆਉਣ ਵਾਲੀ ਜਨਰੇਸ਼ਨ ਸਾਡੀ ਬਚ ਸਕੇ, ਨੌਲੇਜ ਉਹਨਾਂ ਦੀ ਵਧੇ। ਆਉਣ ਵਾਲੇ ਬੱਚਿਆਂ ਦਾ ਬਹੁਤ ਸਾਰਾ ਭਵਿੱਖ ਖਰਾਬ ਹੈ, ਕਿਉਂਕਿ ਸਰ ਜਾਲੀ ਜਾਲੀ ਡਾਕੂਮੈਂਟ ਸਾਰੇ ਲਾ ਕੇ ਉਹਨਾਂ ਨੂੰ ਬਾਹਰ ਭੇਜਦੇ ਨੇ, ਉੱਥੋਂ ਬਾਅਦ 'ਚ ਡਿਪੋਰਟ ਹੋ ਕੇ ਇੱਥੇ ਭੇਜ ਦਿੰਦੀ ਅੰਬੈਸੀ, ਉਹਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ, ਇੱਕ ਇਨਕਮ ਹੀ ਨੁਕਸਾਨ ਹੋ ਰਿਹਾ ਸਰ ਉਹਨਾਂ ਦਾ। ਪਰ ਇੱਥੋਂ ਦੇ ਇੱਕ ਇੰਪਲੋਏ ਇਹਨਾਂ ਦਾ, ਉਹਨੇ ਸਾਨੂੰ ਦੱਸਿਆ ਜੀ ਸਾਰਾ ਕੁਛ ਵੀ ਇੱਦਾਂ ਸਾਰਾ ਡਿਪਾਰਟਮੈਂਟ ਆ, ਕੁਛ ਇਹਨਾਂ ਦਾ ਡਿਪਾਰਟਮੈਂਟ ਆ, ਸੀਗਰਟਲੀ ਕੰਮ ਹੁੰਦਾ ਇੱਧਰ ਬੈਕ ਸਾਈਡ, ਉੱਧਰ ਕੋਈ ਨਹੀਂ ਜਾਣ ਦਿੰਦੇ, ਅਤੇ ਮੈਂ ਬ੍ਰਦਰ ਦਾ ਸਰਟੀਫਿਕੇਟ ਬਣਾਇਆ ਕਿਉਂਕਿ ਮੇਰਾ ਬਣਾ ਕੇ ਦੇ ਨਹੀਂ ਸਕਦੇ, ਅਤੇ ਮੈਂ ਬ੍ਰਦਰ ਕਿਉਂਕਿ ਮੈਂ ਸਰ ਇੰਨਾ ਇੱਥੇ ਪੜ੍ਹਿਆ ਵਾਂ, ਇਹਨਾਂ ਨੇ ਇਸ ਲਈ ਨਹੀਂ ਬਣਾਉਣਾ ਮੇਰਾ, ਤੇ ਮੈਂ ਬ੍ਰਦਰ ਦਾ ਬਣਾ ਲਿਆ ਨਾਲ, ਇਹ ਮੇਰਾ ਬ੍ਰਦਰ ਆ, ਇਹਨਾਂ ਨੇ 10 ਹਜ਼ਾਰ ਰੁਪਇਆ ਲਿਆ ਮੇਰੇ ਤੋਂ, ਤੇ ਇਹਨਾਂ ਕੋਲ ਸਾਨੂੰ ਦੱਸਿਆ ਵਾ ਵੀ ਬਹੁਤ ਹੋਰ ਵੀ ਜਾਣਿਆਂ ਦੇ ਕਾਫੀ ਜਾਣਿਆਂ ਦੇ ਬਣਾਏ ਹੋਏ ਆ, ਸਾਨੂੰ ਵਿਖਾਇਆ ਹੋਇਆ ਵਾ ਇਹਨਾਂ ਨੇ ਸਰ 20 ਮਿੰਟ 'ਚ, ਆਹ ਵੇਖੋ ਮੇਰੇ ਤੋਂ ਚੈਟਿੰਗ ਪਈ ਆ, ਚੈਟਿੰਗ ਪਈ ਆ ਮੇਰੇ ਤੋਂ 20 ਮਿੰਟ 'ਚ BCA ਦਾ। ਪਰ ਮੇਰੇ ਨੌਲੇਜ ਵਿੱਚ ਤੇ ਇਹ ਕੁਛ ਹੈ ਨਹੀਂ ਸੀ, ਮੇਰਾ ਕੋਈ ਸਟਾਫ ਦੱਸਣ ਦੇ ਆ ਜਿੰਨੇ ਮਤਲਬ ਮੁਲਾਜ਼ਮ ਕੋਈ ਵੀ ਆ ਸਕਦਾ ਚੈੱਕ ਕਰਨ ਸਰ, ਉਹਨਾਂ ਨੇ ਆਫਿਸ ਦੇਖਿਆ ਗਿਆ ਆਪਣੇ, ਜੋ ਉਹਨਾਂ ਨੂੰ ਆਪਣਾ ਸਹੀ ਲੱਗਾ ਉਹਨਾਂ ਨੇ ਆਪਣਾ ਕੰਮ ਕੀਤਾ, ਅਸੀਂ ਉਹਨਾਂ ਦੇ ਨਾਲ ਪੂਰਾ ਸਾਥ ਸਰ। ਲੀਗਲ ਡਾਕੂਮੈਂਟ ਕੁਛ ਹੈਗੇ ਨੇ ਜਿਹੜੇ ਇਹਨਾਂ ਨੇ ਲੈ ਨਾਲ ਅਸੀਂ ਹਾਂ ਲੈ ਕੇ ਜਾ ਸਕਦੇ ਨੇ, ਕਿਉਂਕਿ ਓਰੀਜਨਲ ਡਾਕੂਮੈਂਟ ਹੈਗੇ ਬੱਚਿਆਂ ਦੇ। ਸਰਟੀਫਿਕੇਟ ਦਾ ਕੀ ਇਸ਼ੂ ਸਰ? ਤੁਹਾਡੇ ਤੋਂ ਪਤਾ ਲੱਗ ਰਿਹਾ ਵਾ ਕਿ ਕਿਸੇ ਬੱਚੇ ਨੇ ਕੋਈ ਕੰਪਲੇਂਟ ਕੀਤੀ ਹੈ? ਪੁਲਿਸ ਨੇ ਦੱਸਿਆ ਜੋ ਵੀ, ਹਾਂ ਜੋ ਪੁਲਿਸ ਨੇ ਦੱਸਿਆ ਕਿ ਮਤਲਬ ਕੋਈ ਕਲਾਇੰਟ ਹੈਗਾ ਵਾ ਜਿਹਨੇ ਮਤਲਬ ਬਣਾਇਆ ਇੱਥੋਂ, ਕੋਈ ਦੱਸਣ ਦੇ ਆ ਕਿ ਸਰਟੀਫਿਕੇਟ ਗ੍ਰੈਜੂਏਸ਼ਨ ਦਾ, ਮੇਰੀ ਨੌਲੇਜ ਦੇ ਵਿੱਚ ਵੀ ਨਹੀਂ ਹੈਗਾ, ਇੱਕ ਵਾਰੀ ਮੈਂ ਪਤਾ ਕਰ ਲੈਣਾ ਕਿ ਕੀ ਸੈਂਟਰ ਕੀ ਚੱਲਦਾ ਸਰ। ਸੈਂਟਰ ਵਿੱਚ LPU ਦਾ ਇੱਥੇ ਡਿਸਟੈਂਸ ਐਜੂਕੇਸ਼ਨ ਦਾ ਕਰਦੇ ਆ ਅਸੀਂ, ਤੇ ਨਾਲ ਇੱਥੇ ਆਪਣਾ ਇਮੀਗ੍ਰੇਸ਼ਨ ਦਾ ਕੰਮ ਜਿਹੜਾ ਸਰ। ਦੇਖੋ ਕੈਨੇਡਾ ਵੀ ਮਤਲਬ ਜਾਂਦੇ ਨੇ ਬੱਚੇ, UK ਵੀ ਜਾਂਦੇ ਨੇ। ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਵੀ ਚਿੱਟੀ ਗਰਾਊਂਡ ਦੇ ਸਾਹਮਣੇ ਇੱਕ ਸੁੱਖ ਹੈਗਾ ਸਕਸੈਸ ਮੰਤਰਾ, ਸਕਸੈਸ ਮੰਤਰਾ ਓਵਰਸੀ ਲਿਮਿਟਡ, ਉਹ ਬੱਚਿਆਂ ਦੇ ਜਾਲੀ
सर्टिफिकेट तैयार करता वख-वख यूनिवर्सिटी दे ते उदे आधार ते बच्चे मुड़ के बाहर फाइलां लाउंदे फाइलां वी ये लाउंदे ने बाहर सारिआं दीआं ते इहदे नाल जिहड़े काबिल बच्चे हो रहे हुंदे आ ते जिन्हां दे कोल पढ़ाई दा खास नहीं हैगी वो जल्दी सर्टिफिकेट बना के ते बाहर जांदे आ इहनां दी मदद करदे मोटे पैसे लैंदे आ जी इहनां कोल जल्दी सर्टिफिकेट ते जल्दी मोहरां बरामद होईआं तलवार लटक रही है वापस आने की वो इन्हों की मेहरबानी है जो जल्दी तैयार करके दे देंगे हाँ दो बंदे चल रही है जेडे सेंटर च मिले है जिन्हें को समान मिले जी लापरेत खुशी पर रिपोर्ट।